ਆਮ ਆਦਮੀ ਪਾਰਟੀ ਦੀ ਇੱਕ ਤੋਂ ਬਾਅਦ ਇੱਕ ਵਿਕਟ ਡਿੱਗਦੀ ਜਾ ਰਹੀ ਹੈ। ਬਾਗੀ ਧੜਾ, ਬਾਗੀ ਧੜਾ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇਹਨਾਂ ਨੂੰ ਬਾਗੀ ਕਹਾਉਣਾ ਬਹੁਤ ਪਸੰਦ ਹੈ। ਸੁਖਪਾਲ ਸਿੰਘ ਖਹਿਰਾ ਦਾ ਜਿਹੜਾ ਧੜਾ ਹੈ ਸਭ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਨੇ ਆਪਣਾ ਅਸਤੀਫਾ ਦਿੱਤਾ ਸੀ ਆਮ ਆਦਮੀ ਪਾਰਟੀ ਤੋਂ। ਹੁਣ ਬਲਦੇਵ ਸਿੰਘ ਜੈਤੋ ਨੇ ਵੀ ਆਪਣੇ ਆਮ ਆਦਮੀ ਪਾਰਟੀ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ, ਸਾਡੇ ਨਾਲ ਮੌਜੂਦ ਨੇ ਮਾਸਟਰ ਬਲਦੇਵ ਸਿੰਘ ਜੀ। ਭਗਵੰਤ ਮਾਨ ਨੇ ਤੁਹਾਡੇ ਧੜੇ ਦੇ ਲਈ ਇੱਕ ਸ਼ਬਦ ਵਰਤਿਆ ਸੀ, ਤਿਕੜਮਬਾਜ਼। ਤੁਹਾਨੂੰ ਲੱਗਦਾ ਵੀ ਤੁਸੀਂ ਤਿਕੜਮਬਾਜ਼ੀਆਂ ਖੇਡ ਰਹੇ ਹੋ, ਵਾਰੀ ਵਾਰੀ ਅਸਤੀਫਾ ਦੇ ਰਹੇ ਹੋ? ਨਹੀਂ, ਇਹਦੇ ਵਿੱਚ ਭਗਵੰਤ ਮਾਨ ਬਾਰੇ ਮੈਂ ਕੁਛ ਇੰਨਾ ਨਹੀਂ ਬੋਲਾਂਗਾ ਕਿਉਂਕਿ ਉਹਨਾਂ ਦੀ ਆਦਤ ਹੈ ਵੀ ਉਹਨਾਂ ਨੇ ਤਾਂ ਕੋਈ ਨਾ ਕੋਈ ਇਹੋ ਜਿਹੇ ਕੁਛ ਨਾ ਕੁਛ ਕਰਨਾ ਹੀ ਆ। ਜਿਵੇਂ ਹੁਣ ਆਪਾਂ ਪਾਰਲੀਮੈਂਟ ਦੇ ਵਿੱਚ ਵੀ ਜਾ ਕੇ ਮੁੱਦੇ ਉਠਾਉਣ ਦੀ ਗੱਲ ਹੁੰਦੀ ਵੀ ਆਪਾਂ ਮੁੱਦਾ ਕੀ ਉਠਾਉਣਾ। ਜਿਵੇਂ ਮੈਂ ਇੱਥੇ ਮੁੱਦਾ ਉਠਾਇਆ ਸੀਗਾ, ਮੈਨੂੰ ਬੋਲਣ ਦਾ ਇਹਨੇ ਹਰਪਾਲ ਸਿੰਘ ਚੀਮਾ ਨੇ ਮਤਲਬ ਟਾਈਮ ਨਹੀਂ ਦੇ ਰਹੇ ਸੀਗੇ, ਇਹਨਾਂ ਨੇ ਲੈ ਕੇ ਦਿੱਤਾ ਵੀ ਮਾਸਟਰ ਬਲਦੇਵ ਸਿੰਘ ਨੂੰ ਟਾਈਮ ਨਹੀਂ ਦੇਣਾ ਗਾ, ਅਤੇ ਮੈਂ ਮਿੰਨਤਾਂ ਕਰਕੇ ਉੱਠ ਕੇ ਮਤਲਬ ਟਾਈਮ ਲਿਆ ਸੀਗਾ, ਮੁੱਦਾ ਉਠਾਇਆ ਸੀ ਕਿਉਂਕਿ ਮੇਰੇ ਹਲਕੇ ਦਾ ਬੋਸ ਸੀਗਾ। ਉਹਨੂੰ ਤਿਕੜਮਬਾਜ਼ੀ ਤਾਂ ਉਹ ਘੱਟ ਆ, ਤਿਕੜਮਬਾਜ਼ੀ ਹੁਣ ਤੱਕ ਤਿਕੜਮਬਾਜ਼ੀ ਹੁਣ ਤੱਕ ਜਦੋਂ ਦਾ ਮਤਲਬ ਪੰਜਾਬ ਦਾ ਪ੍ਰਧਾਨ ਬਣਿਆ ਭਗਵੰਤ ਮਾਨ ਜੀ, ਬਣੇ ਪੰਜਾਬ ਦੇ ਪ੍ਰਧਾਨ, ਢਾਂਚਾ ਭੰਗ ਕਰਤਾ ਵਾਰ ਵਾਰ ਅਸੀਂ ਉਹਨਾਂ ਨੂੰ ਕਹਿੰਦੇ ਸੀਗੇ ਵੀ ਆਪਾਂ ਢਾਂਚਾ ਤਿਆਰ ਕਰੀਏ, ਨਹੀਂ ਢਾਂਚਾ ਤਿਆਰ ਕੀਤਾ। ਅੱਜ ਸਾਡੇ ਬੂਥ ਲੈਵਲ 'ਤੇ ਸਰਕਲ 'ਤੇ ਜਾਂ ਬਲੋਕ ਦੇ ਵਿੱਚ ਕੁਛ ਵੀ ਨਹੀਂ ਸਾਡਾ ਕੋਲ। ਕਾਰਨ ਕੀ ਹੈ ਵੀ ਕੀ ਸੋਚਦੇ ਉਹ? ਉਹਨਾਂ ਨੂੰ ਇਹੀ ਹੈ ਵੀ ਜੇ ਅਸੀਂ ਪੰਜਾਬ ਦੇ ਵਿੱਚ ਲੋਕਾਂ ਦਾ ਭਲਾ ਚਾਹੁੰਦੇ ਹਾਂ। ਜਦੋਂ ਮਾਸਟਰ ਬਲਦੇਵ ਸਿੰਘ ਆਪਦੀ 4 ਸਾਲ ਦੀ ਸਰਵਿਸ ਛੱਡ ਕੇ ਅਤੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ, ਉਦੋਂ ਮਤਲਬ ਮੈਂ ਸਹੁੰ ਖਾ ਕੇ ਆਇਆ ਸੀ ਵੀ ਮੈਂ ਜਿੰਨੀ ਮੇਰੀ ਜ਼ਿੰਦਗੀ ਹੈ 5 ਸਾਲ ਹੈ, 10 ਸਾਲ ਹੈ, 7 ਸਾਲ ਹੈ, ਉਹ ਜ਼ਿੰਦਗੀ ਦੇ ਵਿੱਚ ਮੈਂ ਪੰਜਾਬ ਦੇ ਲੋਕਾਂ ਲਈ ਕੁਛ ਨਾ ਕੁਛ ਕਰਨਾ। ਅਤੇ ਜਦੋਂ ਇਹਦਾ ਅੰਨਾ ਹਜ਼ਾਰੇ ਦਾ ਜਾਂ ਸਵਰਾਜ ਦੀ ਕਿਤਾਬ ਪੜ੍ਹੀ ਹੈ, ਅੰਨਾ ਹਜ਼ਾਰੇ ਦਾ ਮੂਵਮੈਂਟ ਜਦੋਂ ਚੱਲੀ ਹੈ, ਉਦੋਂ ਐਂ ਲੱਗਦਾ ਸੀ ਵੀ ਵਾਕਈ ਯਾਰ ਕੁਛ ਨਾ ਕੁਛ ਹੋਵੇਗਾ ਅਤੇ ਸਾਨੂੰ ਇਹਦੇ ਵਿੱਚ ਯੋਗਦਾਨ ਪਾਉਣਾ ਬਣਦਾ, ਔਰ ਕੋਸ਼ਿਸ਼ ਵੀ ਕੀਤੀ ਹੈ। ਹੁਣ ਤੱਕ ਚਾਹੇ ਬਹੁਤ ਸਾਰੇ ਸਾਥੀ ਮਤਲਬ ਸੋਚਦੇ ਆ ਵੀ ਯਾਰ ਇਹਨੇ ਪਹਿਲਾਂ ਕਿਉਂ ਨਹੀਂ ਮੁੱਦੇ ਉਠਾਏ, ਕਿਉਂ ਨਹੀਂ ਇਸ ਤਰ੍ਹਾਂ ਕੀਤਾ, ਪਹਿਲਾਂ ਕਿਉਂ ਨਹੀਂ ਅਸਤੀਫਾ ਦਿੱਤਾ? ਕਿਉਂਕਿ ਪਾਰਟੀ ਦੇ ਵਿੱਚ ਰਹਿ ਕੇ ਵੀ ਅਸੀਂ ਪਾਰਟੀ ਦੇ ਡਿਸਿਪਲਿਨ ਦੇ ਵਿੱਚ ਰਹਿ ਕੇ ਵੀ ਅੰਦਰ ਖਾਤੇ ਵੀ ਮਤਲਬ ਉੱਪਰਲੀ ਲੀਡਰਸ਼ਿਪ 'ਤੇ ਹਰ ਗੱਲ ਧਿਆਨ 'ਚ ਲਿਆਉਂਦੀ ਹੈ ਵੀ ਇੱਥੋਂ ਐਂ ਕਰੀਏ, ਇੱਥੋਂ ਇਸ ਤਰ੍ਹਾਂ ਕਰੀਏ। ਜਿਵੇਂ ਉਸ ਦੀ ਉਦਾਹਰਨ ਵਜੋਂ ਮਨੀਸ਼ ਸਿਸੋਦੀਆ ਜਿਹੜਾ ਇਹ ਆਪਣੇ ਜਦੋਂ ਪੰਜਾਬ ਪ੍ਰਭਾਰੀ ਲਾਇਆ ਅੱਜ ਤੋਂ 8-9 ਮਹੀਨੇ ਪਹਿਲਾਂ, ਉਸ ਸਮੇਂ ਜਲੰਧਰ ਦੇ ਵਿੱਚ ਆਏ ਸੀ ਤਾਂ ਮੈਂ ਕੁਛ ਮੁੱਦੇ ਇਹਨਾਂ ਨੂੰ ਦੱਸੇ ਸੀਗੇ। ਉਹਦੇ ਵਿੱਚ ਇਹ ਦੱਸਿਆ ਸੀ ਵੀ ਜਿੰਨਾ ਕਰਕੇ ਸਾਡਾ ਪੰਜਾਬ ਡੁੱਬਿਆ, ਜਿੰਨਾ ਕਰਕੇ ਸਾਡੇ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਣ ਸਕੀ, ਉਹਨਾਂ ਲੋਕਾਂ ਨੇ ਫਿਰ ਚਮਚਾਗਰੀ ਸ਼ੁਰੂ ਕੀਤੀ ਵੀ ਤੁਹਾਡੇ ਮੂਹਰੇ ਉਹ ਫਿਰ ਉਹ ਮਤਲਬ ਚਾਪਲੂਸੀ ਕਰਨਗੇ ਉਹ ਵੀ ਉਹਨਾਂ ਤੋਂ ਬਚਾ ਕੇ ਤੁਸੀਂ ਚੱਲਣਾ। ਇੱਕ ਮੈਂ ਉਹਨਾਂ ਨੂੰ ਕਿਹਾ ਸੀ ਵੀ 26 ਜਿਹੜੇ ਜ਼ਿਲ੍ਹਾ ਪ੍ਰਧਾਨ ਤੁਸੀਂ ਲਾਏ ਆ ਉਹਦੇ ਵਿੱਚ ਇੱਕ ਵੀ SC ਨਹੀਂ ਲਾਇਆ, ਤਾਂ ਉਹਨਾਂ ਨੇ ਮਨੀਸ਼ ਸਿਸੋਦੀਆ ਨੇ ਮੰਨਿਆ ਇਹ ਗੱਲ। ਮੈਂ ਕਿਹਾ ਜੀ ਉੱਥੇ ਆਪਣੇ ਜਾਂ 7 ਜਾਂ 8 ਜਾਂ 5 ਜਾਂ 2 ਜਿੰਨੇ ਬਣਦੇ ਆ ਉਹ ਉੱਥੇ ਲਾਉਣੇ ਬਣਦੇ ਸੀਗੇ, ਅਤੇ ਮੈਂ ਇਹ ਨਹੀਂ ਕਿਹਾ ਵੀ ਜਨਰਲ ਨੂੰ ਤੁਸੀਂ ਹਟਾ ਕੇ ਉਹਨਾਂ ਨੂੰ ਘਰੇ 'ਚ ਬਿਠਾ ਦਿਓ ਜਾਂ ਉਹਨਾਂ ਨੂੰ ਕੋਈ ਨਾ ਦਿਓ। ਮੈਂ ਉਹਨਾਂ ਨੂੰ ਕਿਹਾ ਸੀ ਜਿਹੜੇ ਤੁਸੀਂ 5-7 ਜਿਹੜੇ ਹਟਾਓਗੇ ਜ਼ਿਲ੍ਹਾ ਪ੍ਰਧਾਨ ਰਹਾਓਗੇ ਉਹਨੂੰ ਪੰਜਾਬ ਲੈਵਲ 'ਤੇ ਕੋਈ ਨਾ ਕੋਈ ਅਹੁਦਾ ਲੈ ਕੇ ਜਾਓ, ਚੰਗੇ ਅਹੁਦੇ 'ਤੇ ਲਾ ਦਿਓ ਉਹਨਾਂ ਨੂੰ ਉੱਥੇ, ਤਾਂ ਕਿ ਉਹਨਾਂ ਲੋਕਾਂ ਦੀ ਦਲਿਤ ਲੋਕਾਂ ਦੀ ਜਿਹੜੀ ਹੈ ਉਹਦੇ ਵਿੱਚ ਜਿਹੜੀ ਸ਼ਮੂਲੀਅਤ ਹੋ ਸਕੇ। ਕਿਉਂਕਿ ਪੂਰੇ ਪੰਜਾਬ ਦੇ ਵਿੱਚ 36% ਲੋਕ ਜਿਹੜੇ ਆ ਦਲਿਤ ਨੇ, ਜੇ 100 ਬੰਦਾ ਹੈ ਤਾਂ 36 ਜਿਹੜੇ ਹੈ ਉਹ ਦਲਿਤ ਹੈ, ਉਹਨਾਂ ਲੋਕਾਂ ਨੂੰ ਨੁਮਾਇੰਦਗੀ ਦੇਣੀ ਬਣਦੀ। ਜਦੋਂ ਉਹਨਾਂ ਨੂੰ ਨੁਮਾਇੰਦਗੀ ਦਿੱਤੀ LOP ਲਾਇਆ ਗਿਆ ਦਲਿਤ, ਉਦੋਂ ਤੁਸੀਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ? ਨਹੀਂ, ਉਹਦੇ ਵਿੱਚ ਇਹ ਨਹੀਂ ਅਸੀਂ ਉਹਦਾ ਨਹੀਂ ਵਿਰੋਧ ਕੀਤਾ, ਅਸੀਂ ਉਹਨਾਂ ਦੀ ਨੀਤੀ ਦੀ ਵਿਰੋਧ ਕੀਤਾ। ਜਦੋਂ ਮੈਂ ਉਹਨਾਂ ਨੂੰ ਧਿਆਨ ਦੇ ਵਿੱਚ ਉਦੋਂ 5-4 ਮਹੀਨੇ ਪਹਿਲਾਂ ਵੀ ਇਹ ਗੱਲ ਕਹੀ ਸੀਗੀ ਮਨੀਸ਼ ਸਿਸੋਦੀਆ ਨੂੰ LOP ਦਾ ਅਹੁਦਾ ਹਟਣ ਤੋਂ ਪਹਿਲਾਂ ਵੀ ਗੱਲ ਇਹ ਗੱਲ ਕੀਤੀ ਸੀ, ਮੈਂ ਤਾਂ ਮੰਗ ਕਰਦਾ ਸੀ ਨਾ, ਮੈਂ ਥੋੜ੍ਹਾ ਉੱਥੇ ਲੱਗਣਾ ਜੋਨ ਪ੍ਰਧਾਨ, ਜੋਨ ਪ੍ਰਧਾਨਾਂ ਦੇ ਵਿੱਚ ਕੋਈ ਨਹੀਂ ਲਾਇਆ ਸੀ ਅਸੀਂ। ਫਿਰ ਜਦੋਂ ਅਸੀਂ ਦਿੱਲੀ ਜਦੋਂ ਰੌਲਾ ਰੱਪਾ ਪੈ ਗਿਆ, ਸਾਨੂੰ ਉੱਥੇ ਬੁਲਾਇਆ ਗਿਆ, 8 ਮੇਲਿਆਂ ਨੂੰ ਬੁਲਾਇਆ ਗਿਆ, ਉੱਥੇ ਮਨੀਸ਼ ਸਿਸੋਦੀਆ ਜੀ ਇਹ ਗੱਲ ਕਹਿੰਦੇ ਸੀ ਵੀ ਤੁਸੀਂ ਵੀ ਅਕਾਲੀਆਂ ਦੇ ਖਿਲਾਫ਼ ਨਹੀਂ ਬੋਲਦੇ, ਖੈਰਾ ਸਾਹਿਬ ਕਹਿੰਦੇ ਤੁਸੀਂ ਕਾਂਗਰਸ ਦੇ ਖਿਲਾਫ਼ ਨਹੀਂ ਬੋਲਦੇ। ਮੈਂ ਤੁਹਾਡੇ ਰਾਹੀਂ ਦੱਸਣਾ ਚਾਹਾਂਗਾ
ਪੰਜਾਬ ਦੇ ਲੋਕਾਂ ਨੂੰ, ਵਰਲਡ ਦੇ ਲੋਕਾਂ ਨੂੰ ਕਿ ਜਿਹੜਾ ਸੁਖਪਾਲ ਸਿੰਘ ਖਹਿਰੇ ਦੇ ਵਿਰੋਧੀ ਧਿਰ ਦੇ ਨੇਤਾ ਦੇ ਵਿੱਚ ਰਹਿੰਦਿਆਂ ਹੋਇਆਂ ਕੰਮ ਹੋਏ ਆ ਉਹ ਲੋਕਾਂ ਨੂੰ ਯਾਦ ਰਹਿਣੇ ਆ। ਇੱਕ ਉਹ ਮੰਤਰੀ ਜਿਹੜਾ ਆਪਣੇ ਆਪ ਨੂੰ ਦੂਜੇ ਨੰਬਰ 'ਤੇ ਸਮਝਦਾ ਸੀ, ਮਤਲਬ ਉਸ ਨੂੰ ਲਾਉਣਾ, ਰਾਣਾ ਗੁਰਜੀਤ ਸਿੰਘ ਨੂੰ ਲਾਉਣਾ ਕੋਈ ਛੋਟੀ ਗੱਲ ਨਹੀਂ ਸੀ, ਬਹੁਤ ਵੱਡੀ ਗੱਲ ਸੀ, ਕਿਉਂਕਿ ਉਹਨਾਂ ਨੇ ਪਾਣੀ ਨੂੰ ਪੈਸਾ ਪਾਇਆ ਸੀ ਰਾਣਾ ਗੁਰਜੀਤ ਨੇ ਇਲੈਕਸ਼ਨ ਲੜਨ ਦੇ ਵਿੱਚ। ਅਤੇ ਜੇ ਉਹਨਾਂ ਨੇ ਮਤਲਬ ਦਲਿਤਾਂ ਨੂੰ ਉਭਾਰਨਾ ਸੀ ਤਾਂ ਦਿੱਲੀ ਦੇ ਵਿੱਚ ਉਪ ਮੁੱਖ ਮੰਤਰੀ ਅਸੀਂ ਕਹਿ ਕੇ ਆਏ ਮਨੀਸ਼ ਸਿਸੋਦੀਆ ਨੂੰ ਵੀ ਉੱਥੇ ਉਪ ਮੁੱਖ ਮੰਤਰੀ ਜਿਹੜਾ ਦਲਿਤਾਂ 'ਤੇ ਬਣਾਓ, 3 ਰਾਜ ਸਭਾ ਦੇ ਵਿੱਚ ਮੈਂਬਰ ਭੇਜੇ ਆ ਉੱਥੇ ਇੱਕ ਦਲਿਤ ਭੇਜ ਦੇ, ਅਤੇ ਇੱਥੇ ਪੰਜਾਬ ਦਾ ਜਿਹੜਾ ਅਹੁਦਾ ਹੈ, ਪੰਜਾਬ ਦਾ ਜ਼ਿਲ੍ਹਾ ਜਿਹੜਾ ਹੈਗਾ ਪੰਜਾਬ ਪ੍ਰਧਾਨ ਹੈ ਉਹਨੇ ਭਗਵੰਤ ਮਾਨ ਜੀ ਨੇ ਅਸਤੀਫਾ ਦਿੱਤਾ ਵਾ, ਉਹ ਖਾਲੀ ਪਿਆ ਵੀ ਜੇ ਚੰਗਾ ਹੀ ਤੁਸੀਂ ਚਾਹੁੰਦੇ ਸੀ ਤਾਂ ਉਹਨੂੰ ਪੰਜਾਬ ਦਾ ਪ੍ਰਧਾਨ ਲਾ ਦੇ। ਅਸੀਂ ਹਰਪਾਲ ਚੀਮੇ ਦਾ ਨਹੀਂ ਵਿਰੋਧ ਕਰਦੇ ਸੀ, ਅਸੀਂ ਉਹਨਾਂ ਦੀਆਂ ਨੀਤੀਆਂ ਜਿਹੜੀਆਂ ਕਰ ਰਹੇ ਸੀ ਇਹ ਦਲਿਤ ਪੱਤਾ ਖੇਡ ਰਹੇ ਸੀ ਉਸ 'ਤੇ ਅਸੀਂ ਕਿੰਤੂ ਪ੍ਰੰਤੂ ਬਹੁਤ ਕੀਤਾ। ਜੇ ਪਰਫੋਰਮੈਂਸ ਦੀ ਗੱਲ ਕਰੀਏ, ਸੁਖਪਾਲ ਸਿੰਘ ਖਹਿਰਾ ਤੁਸੀਂ ਤਾਰੀਫ ਕੀਤੀ ਹੈ ਕਿ ਵਿਰੋਧੀ ਧਿਰ ਦੇ ਨੇਤਾ ਬਹੁਤ ਵਧੀਆ ਕੰਮ ਕੀਤਾ, ਹਰਪਾਲ ਸਿੰਘ ਚੀਮਾ ਨੂੰ ਵੀ ਕਾਫੀ ਸਮਾਂ ਹੋ ਗਿਆ LOP ਬਣਿਆ ਨੂੰ, ਤੁਸੀਂ ਦੋਨਾਂ ਦੀ ਜੇ ਕੰਪੈਰੀਜ਼ਨ ਕਰਨਾ ਹੋਵੇ ਪਰਫੋਰਮੈਂਸ ਨੂੰ ਐਜ਼ ਅ ਵਿਰੋਧੀ ਧਿਰ ਦਾ ਲੀਡਰ, ਤਾਂ ਕੀ ਮੰਨਦੇ ਹੋ ਹਰਪਾਲ ਸਿੰਘ ਚੀਮਾ ਅਤੇ ਸੁਖਪਾਲ ਸਿੰਘ ਖਹਿਰਾ ਕਿੱਥੇ ਖੜੇ ਨੇ? ਜ਼ਮੀਨ ਅਸਮਾਨ ਦਾ ਫਰਕ ਹੈ। ਕਿੰਨੇ ਕਿਸਾਨਾਂ ਦੇ ਮੁੱਦੇ ਉਠਾਏ ਉਹਨਾਂ ਨੇ, ਕਿੰਨੇ ਮਤਲਬ ਦਲਿਤਾਂ ਦੇ ਮੁੱਦੇ ਉਠਾਏ ਹੈ, ਕਿੰਨੇ ਵਪਾਰੀਆਂ ਦੇ ਮੁੱਦੇ ਉਠਾਏ ਹੈ, ਕਿੰਨਾ ਕਿਹੜੇ ਮਤਲਬ ਮੁੱਦੇ ਉਠਾਏ ਅੱਜ ਤੱਕ? ਠੀਕ ਹੈ, ਜਦੋਂ ਬੈਠਦੇ ਜੇ ਮਤਲਬ ਅਸੀਂ ਬਰਗਾੜੀ ਬੈਠਣਾ ਤਾਂ ਉੱਥੇ ਇੱਕ ਦਿਨ ਪਹਿਲਾਂ ਇੱਥੇ ਆ ਕੇ ਕਰਦਾ, 2-4 ਜਣਿਆਂ ਨੇ ਬਹਿ ਕੇ ਪ੍ਰਦਰਸ਼ਨ, ਜੇ ਅਸੀਂ ਦੂਜੇ ਪਾਸੇ ਕਿਤੇ ਜਾਂਦੇ ਤਾਂ ਉਦੋਂ ਪਹਿਲਾਂ ਦਿਨ ਉੱਥੇ ਜਾ ਕੇ 100-50 ਬੰਦਾ ਇਕੱਠਾ ਕਰਕੇ ਉਹ ਸਾਡਾ ਵਿਰੋਧ ਕਰਨ ਦੀ ਬਜਾਏ ਸਾਨੂੰ ਇਕੱਠਾ ਕਰ ਸਕਦੇ ਸੀ, ਇਕੱਠਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ, ਉਹਨਾਂ ਨੇ ਤਾਂ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਜੇ ਅੱਜ ਇੱਥੇ ਪਾਰਟੀ ਖੜ੍ਹੀ ਹੈ ਤਾਂ ਉਹਨਾਂ ਦੀ ਬਦੌਲਤ ਹੀ ਖੜ੍ਹੀ ਹੈ। ਅਸਤੀਫਾ ਤੁਸੀਂ ਦਿੱਤਾ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ, ਕਿਵੇਂ ਦੇਖਦੇ ਹੋ ਆਪਣੇ ਫੈਸਲੇ ਨੂੰ ਕਿ ਤੁਹਾਨੂੰ ਕੀ ਲੱਗਦਾ ਅਗਲਾ ਤੁਹਾਡਾ ਫਿਰ ਫਿਊਚਰ ਕੀ ਹੋਏਗਾ ਅਸਤੀਫਾ ਦਿੱਤਾ ਜਿਹੜਾ ਤੁਸੀਂ? ਨਹੀਂ ਦੇਖੋ, ਮੈਂ ਜਦੋਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਮੈਂ ਜਦੋਂ ਆਇਆ ਸੀ ਸਹੁੰ ਖਾਧੀ ਸੀ ਵੀ ਪੰਜਾਬ ਦੇ ਲੋਕਾਂ ਦੇ ਲਈ ਭਲੇ ਦੀ ਗੱਲ ਕਰਨੀ ਹੈ, ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਹੈ, ਉਹਨਾਂ ਨੂੰ ਰਾਹਤ ਦੇਣ ਦੀ ਕਰਨੀ ਹੈ। ਹੁਣ ਮੰਨ ਲਓ ਵੀ ਜੇ ਹੋਸਪਿਟਲ ਦੇ ਵਿੱਚ ਆਪਾਂ ਦਵਾਈ ਫ੍ਰੀ ਕਰਦੇ ਹਾਂ ਜਾਂ ਟੈਸਟ ਫ੍ਰੀ ਕਰਦੇ ਹਾਂ ਮੰਨ ਲਓ, ਤਾਂ ਉਹ ਇਕੱਲੇ ਬਲਦੇਵ ਸਿੰਘ ਨੂੰ ਜਾਂ ਮੇਰੇ ਸਾਥੀਆਂ ਨੂੰ ਹੋਣਾ ਫਾਇਦਾ, ਪੂਰੇ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਣਾ ਉਹਦਾ। ਇਹ ਹੁਣ ਜਦੋਂ ਗੱਲ ਕਰਦੇ ਦਿੱਲੀ ਦਾ ਉਦਾਹਰਣ ਦਿੱਲੀ ਦੇ ਦਿੰਦੇ ਆ, ਕਹਿੰਦੇ ਨਾ ਕੱਟੇ ਨੂੰ ਮਣ ਦਾ ਦੁੱਧ ਦਿੰਦੀ ਹੈ, ਅਤੇ ਕੱਟੇ ਨੂੰ ਮਣ ਦੁੱਧ ਦਾ ਕੀ ਪਾ ਦਿਓ, ਉਹਨੂੰ ਪਾਈਆ ਵੀ ਨਹੀਂ ਛੱਡਣਾ ਉਹਨੂੰ। ਗੱਲ ਦਿੱਲੀ ਦੀ ਗੱਲ ਤਾਂ ਸਾਡੇ ਪੱਲੇ ਕੀ ਹੈ, ਪੰਜਾਬ ਦੇ ਲੋਕਾਂ ਦੇ ਪੱਲੇ ਸਾਡਾ ਕੀ ਫਰਜ਼ ਬਣਦਾ ਸੀ? ਅਸੀਂ ਜੇ ਸਾਡੇ ਕੋਲ ਚਲੋ ਸਰਕਾਰ ਨਹੀਂ ਬਣੀ, ਵਿਰੋਧੀ ਧਿਰ ਦੇ ਵਿੱਚ ਬੈਠੇ ਸੀ, ਅਸੀਂ ਇਕੱਠੇ ਹੋ ਕੇ ਹੰਭਲਾ ਮਾਰਦੇ ਤਾਂ ਅਸੀਂ ਪੰਜਾਬ ਦੇ ਲਈ ਕੁਛ ਨਾ ਕੁਛ ਕਰ ਸਕਦੇ ਸੀ। ਆਪਣੇ ਅਸਤੀਫੇ ਦੇ ਵਿੱਚ ਤੁਸੀਂ ਇੱਕ ਕਾਰਨ ਇਹ ਵੀ ਲਿਖਿਆ ਕਿ ਜਿਹੜੀ ਲੀਡਰਸ਼ਿਪ ਤੁਹਾਨੂੰ ਉੱਪਰੋਂ ਗਵਨ ਕਰ ਰਹੀ ਹੈ, ਦਿੱਲੀ ਦੇ ਜਿਹੜੇ ਲੀਡਰ ਨੇ ਉਹ ਕੁਝ ਤੁਸੀਂ ਇੱਥੇ ਪੰਜਾਬ ਦੇ ਵਿੱਚ ਲਾਏ ਹੋਏ ਆ, ਕੀ ਲੱਗਦਾ ਤੁਹਾਨੂੰ ਅਜੇ ਤੱਕ ਵੀ ਜਿਹੜਾ ਹਾਰ ਹੋਈ ਹੈ, ਤੁਸੀਂ ਹਾਰ ਦਾ ਕਾਰਨ ਵੀ ਦੱਸਿਆ ਕਿ ਉਹਨਾਂ ਦੇ ਕਰਕੇ ਹੋਈ ਹੈ, ਫਿਰ ਵੀ ਤੁਹਾਡੀ ਪਾਰਟੀ ਤੁਹਾਡੀ ਇਹ ਗੱਲ ਸਮਝ ਕਿਉਂ ਨਹੀਂ ਰਹੀ ਕਿ ਉਹਨਾਂ ਸੂਬੇਦਾਰਾਂ ਦਾ, ਤੁਸੀਂ ਸੂਬੇਦਾਰ ਉਹਨਾਂ ਨੂੰ ਕਹਿੰਦੇ ਹੋ, ਅਤੇ ਉਹਨਾਂ 'ਤੇ ਫਿਰ ਵੀ ਗੌਰ ਕਿਉਂ ਨਹੀਂ ਕੀਤਾ ਜਾ ਰਿਹਾ? ਕੀ ਲੱਗਦਾ ਤੁਹਾਨੂੰ ਪਾਰਟੀ ਖੁਦ ਨਹੀਂ ਚਾਹੁੰਦੀ ਪੰਜਾਬ ਦੇ ਵਿੱਚ ਵਿਸਥਾਰ ਹੋਵੇ ਆਮ ਆਦਮੀ ਪਾਰਟੀ ਦਾ? ਜੇ ਮਤਲਬ ਅਰਵਿੰਦ ਕੇਜਰੀਵਾਲ ਜੀ ਸਿਆਸੀ ਹੁੰਦੇ ਨਾ ਤਾਂ ਆਹ ਗੱਲ ਹੁੰਦੀ ਨਹੀਂ ਸੀ, ਉਹ ਇੱਕ ਇਮਾਨਦਾਰ ਜ਼ਰੂਰ ਨੇ, ਡਿਕਟੇਟਰ ਵੀ ਨੇ, ਜਦੋਂ ਉਹਨਾਂ ਦੇ ਵਾਰ ਵਾਰ ਅਸੀਂ ਗੱਲਾਂ ਧਿਆਨ ਦੇ ਵਿੱਚ ਲਿਆਉਂਦੀਆਂ ਤਾਂ ਉਹਨਾਂ ਦਾ ਫਰਜ਼ ਬਣਦਾ ਸੀ ਵੀ ਅੱਜ ਤੱਕ ਕਿਤੇ ਚੰਡੀਗੜ੍ਹ ਬੈਠ ਕੇ ਕਿਤੇ ਆ ਕੇ ਕੇਜਰੀਵਾਲ ਨੇ ਮੀਟਿੰਗ ਨਹੀਂ ਲਈ ਵੀ MLA ਦੀ, ਮਨੀਸ਼ ਸਿਸੋਦੀਆ ਨੇ ਸਾਨੂੰ ਕਿਤੇ ਬਿਠਾ ਕੇ ਮੀਟਿੰਗ ਨਹੀਂ ਕੀਤੀ, ਜਾਂ ਮੀਟਿੰਗ ਕੀਤੀ ਜਲੰਧਰ ਇਕੱਲੇ MLA ਬਿਠਾ ਕੀਤੀ ਆ, ਸਾਰਿਆਂ ਦੀ ਗੱਲਬਾਤ ਬਹਿ ਕੇ ਸੁਣੋ ਕੀ ਆਪਾਂ ਨਿਚੋੜ ਕੱਢਣਾ, ਕੀ ਅੱਗੇ ਪੰਜਾਬ ਦੇ ਵਿੱਚ ਲੈ ਕੇ ਜਾਣੀ। ਹੁਣ ਜਿਹੜੇ ਤੁਸੀਂ ਸੂਬੇਦਾਰਾਂ ਦੀ ਗੱਲ ਕਰਦੇ ਹੋ, ਅੱਜ ਨਾ ਤਾਂ ਭਗਵੰਤ ਮਾਨ ਦੇ ਬੱਸ ਦੀ ਗੱਲ ਹੈ, ਨਾ LOP ਦੇ ਆਪਣੇ ਹਰਪਾਲ ਚੀਮੇ ਦੀ ਬੱਸ ਦੀ ਗੱਲ ਹੈ, ਇੱਕ ਮਗਰ ਬੈਠਾ ਸੂਬੇਦਾਰ ਵੱਡਾ, ਉਹ ਕੌਣ ਹੈ, ਕੀ ਨਾਮ ਦਾ ਭੁੱਲ ਗਿਆ ਮੈਂ, ਦੁਰਗੇਸ਼ ਪਾਠਕ, ਹਾਂ ਮੈਂ ਪਹਿਲਾਂ ਬੋਲ ਕੇ ਆਇਆ ਦੁਰਗੇਸ਼ ਪਾਠਕ, ਉਹ ਸਾਰਾ ਪਿੱਛੇ ਬਹਿ ਕੇ ਕੰਮ ਕਰ ਰਿਹਾ, ਹੁਣ ਬੈਠਾ ਦਿੱਲੀ ਹੈ, ਜਿੰਨੇ ਜ਼ਿਲ੍ਹਾ ਪ੍ਰਧਾਨ ਲਾਉਂਦੇ ਆ, ਜੌਨ ਪ੍ਰਧਾਨ ਲਾਉਂਦੇ ਆ, ਜਾਂ ਕੋਈ ਹੋਰ ਅਹੁਦਾ ਦਿੰਦੇ ਆ, ਹਲਕਾ ਪ੍ਰਧਾਨ ਲਾਉਂਦੇ ਆ, ਉਹ ਸਾਰਾ ਦੁਰਗੇਸ਼ ਲਾ ਰਿਹਾ, ਇਹਨਾਂ ਨੂੰ ਨਹੀਂ ਪੁੱਛਦੇ ਉਹ। ਅਤੇ ਇੱਥੇ ਇੱਕ ਹੋਰ ਬਿਠਾਇਆ ਉਦੋਂ ਛੋਟਾ, ਉਹ 22 ਸਾਲ ਦਾ ਮੁੰਡਾ ਹੈਗਾ, 24 ਸਾਲ ਦਾ, ਗੈਰੀ ਬੜਿੰਗ,
ਉਹ ਦੋ ਬੰਦੇ ਚਲਾ ਰਹੇ ਪਾਰਟੀ ਨੂੰ। ਅਸੀਂ ਵਾਰ ਵਾਰ ਇਹ ਕਹਿੰਦੇ ਸੀ ਖੁਦ ਮੁਖਤਿਆਰੀ ਦਾ ਮਤਲਬ ਇਹ ਨੀਗਾ ਵੀ ਸਾਨੂੰ ਕੋਈ ਮੁੱਖ ਮੰਤਰੀ ਬਣਾ ਦਿੰਦੇ, ਅਸੀਂ ਜਿਹੜੋ ਜੋ ਮਰਜ਼ੀ ਫਿਰ ਅਸੀਂ ਕਹਿੰਦੇ ਸੀ ਇੱਕ ਕਮੇਟੀ ਬਣ ਜੇ। ਹੁਣ ਇਹ ਕਹਿੰਦੇ ਕੋਰ ਕਮੇਟੀ ਬਣ ਗਈ, ਕੋਰ ਕਮੇਟੀ ਨੂੰ ਸਾਰਾ ਅਧਿਕਾਰ ਦਿੱਤਾ, ਕਹਿੰਦੇ ਆ ਨਾ ਇਹ ਗੱਲ। ਕੋਰ ਕਮੇਟੀ ਜਿਹੜੀ ਸੰਵਿਧਾਨ ਦੇ ਵਿੱਚ ਹੈ ਨਹੀਂ, ਕੋਰ ਕਮੇਟੀ ਸੰਵਿਧਾਨ ਦੇ ਵਿੱਚ ਹੈ ਨਹੀਂ, PAC ਕਮੇਟੀ ਹੈ, ਠੀਕ ਹੈ। ਅੱਛਾ ਜੇ ਇਹਨਾਂ ਨੇ ਕਮੇਟੀ ਨੇ ਕੋਈ ਫੈਸਲਾ ਲੈਣਾ, ਇਹ ਤਾਂ ਪਹਿਲਾਂ ਦਿੱਲੀ ਤੋਂ ਪੁੱਛਦੇ ਆ ਵੀ ਅਸੀਂ ਕਰ ਲਈਏ ਕਿ ਨਾ ਕਰ ਲਈਏ। ਖੁਦਮੁਖਤਿਆਰੀ ਦਾ ਮਤਲਬ ਹੈ ਜੇ ਅਸੀਂ ਪਾਣੀਆਂ ਦੇ ਮੁੱਦਿਆਂ 'ਤੇ ਕੋਈ ਲੜਾਈ ਲੜਨੀ ਹੈ ਤਾਂ ਅਸੀਂ ਇੱਕ ਫੈਸਲਾ ਲੈ ਕੇ ਵੀ ਆਹ ਕੰਮ ਕਰਨਾ ਅਸੀਂ, ਜਾਂ ਕਾਂਗਰਸ ਸਰਕਾਰ ਨੂੰ ਘੇਰਨਾ, ਅਸੀਂ ਇੱਕ ਫੈਸਲਾ ਲੈ ਲਈਏ ਇੱਥੇ। ਅਸੀਂ ਉਹਨਾਂ ਨੂੰ ਇਹ ਨਹੀਂ ਕਹਿੰਦੇ ਵੀ ਉਹਨਾਂ ਨੂੰ ਆਪਾਂ ਜਮ੍ਹਾਂ ਛੱਡ ਦਿਓ ਜਾਂ ਪੁੱਛਣਾ ਨਹੀਂ ਉਹਨਾਂ ਨੂੰ, ਅਸੀਂ ਕਹਿੰਦੇ ਵੀ ਉਹਨਾਂ ਨੂੰ ਆਪਾਂ ਸਾਰਾ ਆਪਣਾ ਫੈਸਲਾ ਕਰਕੇ ਉਹਨਾਂ ਨੂੰ ਦੱਸੀਏ ਵੀ ਅਸੀਂ ਆਹ ਫੈਸਲਾ ਲੈ ਲਿਆ। ਜਦੋਂ ਹੁਣ ਗੱਲਬਾਤ ਚੱਲੀ ਹੈ, ਗੱਲਬਾਤ ਜਦੋਂ ਚੱਲਣ ਤੋਂ ਬਾਅਦ ਕੀ ਹੋਇਆ, ਮੇਰੇ ਕੋਲ ਜਦੋਂ ਕੋਈ ਬੰਦੇ ਮਿਲੇ ਮੈਨੂੰ ਅੱਜ ਤੋਂ 4-5 ਮਹੀਨੇ ਪਹਿਲਾਂ ਵੀ ਤੁਸੀਂ ਕਮੇਟੀ ਬਣਾਈ ਹੈ ਉਹਦੇ ਵਿੱਚ ਤੁਸੀਂ ਮੈਂਬਰ ਹੋ, MLA ਮੈਂਬਰ ਹੋ, ਮੈਂ ਕਿਹਾ ਠੀਕ ਹੈ, ਮੈਂ ਕਿਹਾ ਵੀ ਇਕੱਲਾ ਤਾਂ ਮੈਂ ਫੈਸਲਾ ਨਹੀਂ ਲੈ ਸਕਦਾ, ਪਰ ਸਾਡੇ ਕੋਲ ਪੰਜਾਂ ਕੋਲ ਅਧਿਕਾਰ ਇਹ ਹੈ ਵੀ ਤੁਸੀਂ ਇਕੱਠੇ ਹੋ ਕੇ ਜੋ ਫੈਸਲਾ ਕਰ ਲਾਂਗੇ ਉਹ ਸਾਰਿਆਂ ਨੂੰ ਮਨਜ਼ੂਰ ਹੋਊਗਾ। ਮੈਂ ਕਿਹਾ ਜਿਹੜੀ ਤੁਸੀਂ ਕਮੇਟੀ ਬਣਾਓਗੇ ਜਾਂ ਉਹ ਅਧਿਕਾਰ ਲੈ ਕੇ ਆਵੇ ਪਹਿਲਾਂ ਤਾਂ ਦਿੱਲੀ ਤੋਂ ਵੀ ਅਸੀਂ ਜਿਹੜਾ ਫੈਸਲਾ ਕਰਦਾ ਤੁਹਾਡਾ ਡਨ ਹੈ, ਕਰ ਲੈਂਦੇ। ਔਰ ਸਾਰੀਆਂ ਗੱਲਾਂ ਬਾਤਾਂ ਜਦੋਂ ਸਾਡੀ ਮੀਟਿੰਗ ਹੋਈ, ਭਗਵੰਤ ਮਾਨ ਜੀ ਵਿੱਚ ਬੈਠੇ ਸੀ, ਉਹਨਾਂ ਨੂੰ ਇਹ ਸਵਾਲ ਕੀਤਾ ਸੀਗਾ, ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ ਜੋ ਗਲਤੀਆਂ ਹੋਈਆਂ ਵੀ ਆਪਾਂ ਸੁਧਾਰ ਲਾਂਗੇ ਸਾਰਾ ਕੁਝ ਕਰਕੇ, ਡੇਢ ਦੋ ਘੰਟੇ ਗੱਲਾਂ ਬਾਤਾਂ ਹੋ ਕੇ। ਇੱਕ ਅਸੀਂ ਕਿਹਾ ਸੀਗਾ ਵੀ ਚਲੋ 6 ਮਤਿਆਂ ਨੂੰ ਛੱਡ ਕੇ 2 ਮਤੇ ਆ, ਉਹਦੇ ਵਿੱਚ ਮੈਂ ਲੋਕਾਂ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਵੀ ਇਹ ਦੱਸਣਾ ਚਾਹਾਂਗਾ, ਉਹਦੇ ਵਿੱਚ 2 ਗੱਲਾਂ ਰੱਖੀਆਂ ਸੀ ਅਸੀਂ ਵੀ ਇੱਕ ਉਹ LOP ਜਿਹੜਾ ਹੈ ਉਹ ਤੁਸੀਂ 20 MLAਂ ਦੀ ਸਹਿਮਤੀ ਨਾਲ ਨਹੀਂ ਬਣਾਇਆ ਗਾ, ਵੀ ਉਹਨੂੰ ਇੱਕ ਵਾਰੀ ਅਹੁਦੇ ਤੋਂ ਹਟਾ ਦਿਓ ਅਤੇ ਉਦੋਂ ਬਾਅਦ 20 MLA ਬਿਠਾ ਦਿਓ ਅਤੇ ਜਿਹੜੇ 20 MLA ਚੁਣ ਲੈਣਗੇ ਉਹਨੂੰ LOP ਬਣਾ ਦਿਓ, ਨਾ ਖੈਰੋ ਨੂੰ ਬਣਾਓ ਨਾ ਸੰਧੂ ਨੂੰ ਬਣਾਓ। ਫਿਰ ਉਹਨਾਂ ਨੂੰ ਇਹ ਵੀ ਕਹਿਤਾ ਸੀ, ਸਪਸ਼ਟ ਕੀਤਾ ਸੀ ਵੀ ਤੁਹਾਡੇ ਕੋਲ 12 ਸਾਡੇ ਕੋਲ 8 ਹੈ, ਭਾਵੇਂ ਉਸ ਨੂੰ ਦੁਬਾਰਾ ਬਣਾ ਦਿਓ। ਐਂ ਆਪਣੇ ਕੋਲ ਇੱਕ ਲੋਕਾਂ ਦੇ ਵਿੱਚ ਮੈਸੇਜ ਜਾਊਗਾ ਵੀ ਯਾਰ 20 MLA ਨੇ ਆ ਬੰਦਾ ਚੁਣ ਲਿਆ, ਠੀਕ ਨਹੀਂ। ਇਹ 'ਚ ਕੋਈ ਨੁਕਸਾਨ ਨਹੀਂ ਸੀ ਪਾਰਟੀ ਦਾ। ਇੱਕ ਸੀਗਾ ਵੀ ਜਿਹੜਾ ਢਾਂਚਾ ਦੁਰਗੇਸ਼ ਪਾਠਕ ਮਗਰ ਬਣਾ ਰਿਹਾ ਬੈਠ ਕੇ, ਜੂਸ ਦਾ ਅਸੀਂ ਮੈਂ ਲਾਉਣਾ, ਉਹ ਦੂਜਾ ਸਾਰਾ ਪ੍ਰਧਾਨ ਮੈਂ ਲਾਉਣਾ, ਜ਼ਿਲ੍ਹੇ ਦੇ ਮਰਦਾਂ ਪ੍ਰਧਾਨ ਮੈਂ ਲਾਉਣੇ ਆ, ਇਹ ਸਾਰੇ ਭੰਗ ਕਰਕੇ ਇੱਕ ਕਮੇਟੀ ਬਣਾਓ ਖੁਦ ਮੁਖਤਿਆਰ, ਉਹਨੂੰ ਕਹਿੰਦੇ ਸੀ ਖੁਦ ਮੁਖਤਿਆਰ ਵੀ ਖੁਦ ਮੁਖਤਿਆਰ ਕਮੇਟੀ ਬਣਾਓ, ਕਮੇਟੀ ਜਾ ਕੇ ਫੈਸਲਾ ਕਰੇ ਹਲਕੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਵੀ ਇਹਨੂੰ ਜ਼ਿਲ੍ਹਾ ਪ੍ਰਧਾਨ ਲਾਉਣਾ, ਇਹਨੂੰ ਯੂਥ ਪ੍ਰਧਾਨ ਲਾਉਣਾ। ਉਹ ਖੁਦ ਮੁਖਤਿਆਰੀ ਕਹਿੰਦੇ ਸੀ, ਹੋਰ ਬਹੁਤ ਲੋਕਾਂ ਨੂੰ ਇਹ ਵੀ ਪਤਾ ਨਹੀਂ ਆਪਦੀ ਖੁਦ ਮੁਖਤਿਆਰੀ ਮੰਗੀ ਜਾਂਦੀ ਵੀ ਸਾਨੂੰ ਕੁਛ ਦੇ ਦਿਓ, ਉਹ ਕਮੇਟੀ ਫੈਸਲਾ ਕਰੇ ਵੀ ਅਸੀਂ ਪੰਜਾਬ ਦੇ ਵਿੱਚ ਕੀ ਕਰਨਾ। ਜੇ ਹੁਣ ਉਹਨਾਂ ਨੇ ਕੋਰ ਕਮੇਟੀ ਬਣਾ ਦਿੱਤੀ ਹੈ, ਉਹਨਾਂ ਨੇ 21 ਮੈਂਬਰ ਸ਼ਾਇਦ ਕੋਰ ਕਮੇਟੀ ਬਣਾਈ ਹੈ, ਭਗਵੰਤ ਮਾਨ ਦਾ ਕਹਿਣਾ ਹੈ ਕਿ ਜਿਵੇਂ ਅਸੀਂ ਸਾਰੇ ਫੈਸਲੇ ਹੁਣ ਖੁਦ ਲੈ ਰਹੇ ਹਾਂ, ਪ੍ਰਿੰਸੀਪਲ ਬੁੱਧ ਰਾਮ ਨੂੰ ਇੰਚਾਰਜ ਬਣਾਇਆ ਗਿਆ, ਉਹਦਾ ਚੇਅਰਮੈਨ ਬਣਾਇਆ ਗਿਆ, ਉਹ ਕਹਿੰਦੇ ਕਿ ਜਿਵੇਂ ਹੁਣ ਲੋਕ ਸਭਾ ਦੇ ਕੈਂਡੀਡੇਟਸ ਅਨਾਊਂਸ ਕੀਤੇ ਆ ਉਹ ਅਸੀਂ ਕੀਤੇ ਆ, ਉੱਪਰ ਭੇਜਤੇ ਉਹਨਾਂ ਨੇ ਸਿਰਫ ਓਕੇ ਕਰਕੇ ਡਨ ਕਰਕੇ ਭੇਜਤੇ ਆ, ਭੇਜੇ ਸਿਰਫ ਅਸੀਂ ਨੇ, ਤੁਹਾਨੂੰ ਲੱਗਦਾ ਇੱਦਾਂ ਹੋਊਗਾ ਫਿਰ ਹੁਣ? ਨਹੀਂ ਨਹੀਂ, ਉਹ ਪਤਾ ਕੀ ਹੈ, ਉਹ ਹਾਥੀ ਕੇ ਦਾਂਤ ਖਾਣੇ ਕੌਰ ਦਿਖਾਣੇ ਕੌਰ ਉਹ ਗੱਲ ਹੈ। ਜਦੋਂ ਉਹ ਫਿਰ ਦੋ ਗੱਲਾਂ ਅਸੀਂ ਕਹੀਆਂ ਸੀਗੀਆਂ ਅਤੇ ਭਗਵੰਤ ਮਾਨ ਜਦੋਂ ਅਸੀਂ ਕਹਿ ਸੀ ਨਾ ਵੀ ਤੁਸੀਂ ਅਧਿਕਾਰ ਲੈ ਕੇ ਆਓ ਵੀ ਜਿਹੜਾ ਆਪਾਂ ਉੱਥੇ ਫੈਸਲਾ ਕਰਤਾ ਉਹ ਡਨ, ਅਧਿਕਾਰ ਕਿਉਂ ਨਹੀਂ ਲੈ ਕੇ? ਕਹਿੰਦੇ ਅਸੀਂ ਕੋਰ ਕਮੇਟੀ ਨੂੰ ਪੁੱਛਦੇ ਹਾਂ, ਅਤੇ ਕੋਰ ਕਮੇਟੀ ਨੇ ਉਹਨਾਂ ਨੂੰ ਕਮੇਟੀ ਬਣਾਈ ਸੀ, ਉਹਨਾਂ ਦਾ ਫੈਸਲਾ ਹੁਣ ਮੰਨਣਾ ਚਾਹੀਦਾ ਸੀ ਨਾ ਉਹਨਾਂ ਨੂੰ, ਕੋਰ ਕਮੇਟੀ ਨੂੰ ਵੀ, ਜਦੋਂ ਉਹਨਾਂ ਨੇ ਕਮੇਟੀ ਤਾਂ ਉਹਨਾਂ ਨੇ ਬਣਾਈ ਸੀ ਕੋਰ ਕਮੇਟੀ ਨੇ। ਇਵੇਂ ਹੋਣਾ ਹੁਣ ਉਹ ਮਤਲਬ ਜੋ ਫੈਸਲੇ ਲੈਂਦੇ ਆ, ਜਿਸ ਦਿਨ ਉਹ ਬੈਠੇ ਸੀ ਅਸੀਂ ਮੀਟਿੰਗ ਕਰਨੀ ਸੀਗੀ ਉਸ ਦਿਨ ਕੀ ਹੋਇਆ, 3-4 ਉਹਦੇ ਜਿਹੜੇ ਪੰਜਾਬ ਲੈਵਲ ਦੇ ਅਨਾਊਂਸ ਕਰਕੇ ਆਏ ਸੀ ਮੀਟਿੰਗ 'ਚ ਬਹਿਣ ਤੋਂ ਪਹਿਲਾਂ, ਜਦੋਂ ਮੀਟਿੰਗ ਖਤਮ ਹੋ ਗਈ ਉਦੋਂ 15-16 ਜਾ ਕੇ ਫੇਰ ਕਰਤੇ। ਅਸੀਂ ਕਹਿੰਦੇ ਵੀ ਭੰਗ ਕਰ ਦਿਓ, ਉਹ ਉੱਥੇ ਹੋਰ ਲਾਈ ਜਾਂਦੇ ਆ, ਬਹੁਤ ਸਾਰੇ MLA ਜਿਹਨਾਂ ਕੋਲ 4-5 ਉਹਦੇ ਹੈਗੇ ਆ। ਦੁੱਖ ਨਾ ਮਤਲਬ ਇਹ ਐਂ ਨਹੀਂ ਗਾ ਵੀ ਇਹ ਅੱਜ ਹੀ ਛੱਡਤੀ ਮਾਸਟਰ ਬਲਦੇਵ ਸਿੰਘ ਨੇ ਜਾਂ ਅੱਜ ਹੀ ਖੈਰ ਨਹੀਂ ਛੱਡਦੇ, ਇਹ ਅੰਦਰ ਅੰਦਰ ਅਸੀਂ ਬਹੁਤ ਕੁਛ ਕਹਿੰਦੇ ਰਹੇ ਹਾਂ ਵੀ ਇਹਨੂੰ ਤੁਸੀਂ ਇਹਨੂੰ ਸੰਭਾਲ ਗਏ ਕਰੀਏ ਕਰੀਏ, ਨਹੀਂ ਹੋਇਆ। ਨਹੀਂ ਸਿਰਫ ਤੁਹਾਨੂੰ 8 ਜਣਿਆਂ ਨੂੰ ਇੱਦਾਂ ਕਿਉਂ ਲੱਗਦਾ, ਹੁਣ ਤਾਂ ਵੈਸੇ 7 ਰਹਿ ਗਏ, ਤੁਹਾਨੂੰ ਇੱਦਾਂ ਕਿਉਂ ਲੱਗਦਾ ਕਿ ਖੁਦ ਮੁਖਤਿਆਰੀ ਨਹੀਂ ਆ, ਬਾਕੀ ਪੰਜਾਬ ਦੇ ਲੀਡਰਾਂ ਨੂੰ ਖੁਦ ਮੁਖਤਿਆਰੀ ਨਹੀਂ ਚਾਹੀਦੀ, ਉਹਨਾਂ ਨੂੰ ਲੱਗਦਾ ਵੀ ਸਾਡੀ ਸੁਣੀ ਜਾਵੇ, ਉਹ ਕਿਉਂ ਮੰਨੀ ਜਾਂਦੇ ਫਿਰ ਦਿੱਲੀ ਲੀਡਰਸ਼ਿਪ ਦੀ ਜੇ ਐਸਾ ਤਾਂ? ਜਿਹੜੇ ਚਮਚਾਗਰੀ ਕਰਦੇ ਆ ਜਾਂ ਚਾਪਲੂਸ ਨੇ
ਉਹਨਾਂ ਦਾ ਮਕਸਦ ਆ ਵੀ ਇਹੀ ਚਮਕਦਾ, ਇਹੀ ਚਮਕਦੇ ਰਹਿਣਾ ਚਾਹੀਦਾ। ਹੋਰ ਡੁੱਬੇ ਮਰੇ ਖਪੇ ਕੋਈ, ਉਹ ਤਾਂ ਹੈ। ਹੁਣ 2019 ਦੇ ਵਿੱਚ ਸਾਰਾ ਕੁਛ ਪਤਾ ਲੱਗ ਜਾਣਾ ਇਹਨੂੰ। ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜੇ ਬਾਕੀ MLA ਨੇ ਆਮ ਆਦਮੀ ਪਾਰਟੀ ਦੇ ਹੀ, ਉਹ ਚਾਪਲੂ ਸੀ ਕਰਦੇ ਫਿਰ? ਨਹੀਂ, ਚਾਪਲੂ ਸੀ ਮੈਂ ਤਾਂ ਕਿੰਨੀ ਵਾਰੀ ਮੈਂ ਦੱਸਤਾ, ਪਹਿਲਾਂ ਵੀ ਕਹਿ ਚੁੱਕਿਆ। ਮੈਂ ਮਨੀਸ਼ ਸਿਸੋਦੀਆ ਨੂੰ ਜਲੰਧਰ ਹੀ ਕਹਤਾ ਸੀਗਾ, ਔਰ ਇੱਕ ਵੱਡਾ ਚਾਪਲੂ ਸੀ ਹਟ ਗਿਆ ਸੀ, ਪਿੱਛੇ ਹਟਿਆ ਹੋਇਆ ਸੀ। ਹੁਣ ਵੀ ਨੂੰ ਉਹਦਾ ਨਾਂ ਆ ਜਾਣਾ ਥੋੜ੍ਹਾ ਤਾਂ, ਪੜ੍ਹ ਰਿਹਾ ਫੇਸਬੁੱਕ ਦੇ ਉੱਤੇ ਵੀ ਉਹ ਦੁਬਾਰਾ ਫਿਰ ਆ ਰਿਹਾ। ਕਿਹਦਾ ਨਾਮ? ਉਹ ਪਤਾ ਲੱਗੂਗਾ ਨਾ ਹੁਣ, ਜੇ ਉਹ ਨਾਂ ਆਇਆ ਮੈਂ ਵੀ ਨਾਂ ਕਿਸੇ ਦਾ ਲੈ ਦਿਆਂ। ਮਤਲਬ ਉਹ ਮੀਡੀਆ ਸੈਲਰ ਰਾਹੀਂ ਮੈਨੂੰ ਪਤਾ ਲੱਗਿਆ ਵੀ ਉਹ ਬੰਦਾ ਉੱਥੇ ਪਹੁੰਚ ਰਿਹਾ, ਵੀ ਦੁਬਾਰਾ ਸਰਗਰਮ ਪੰਜਾਬ ਦੇ ਵਿੱਚ ਹੋ ਰਿਹਾ, ਜਿਨ੍ਹਾਂ ਨੇ ਬੀੜਾ ਗਰਕ ਕੀਤਾ ਆਮ ਲਈ। ਤੁਸੀਂ ਨਾਮ ਕਿਉਂ ਲੈਂਦੇ? ਮੇਰੀ ਗੱਲ ਨਹੀਂ ਸਮਝ ਆਇਆ, ਜੇ ਬੰਦਾ ਨਾ ਆਇਆ ਤੁਸੀਂ ਕਹੋਗੇ ਤੁਸੀਂ ਨਾਂ ਲਿਆ, ਉਹ ਤਾਂ ਆਇਆ ਨਹੀਂ। ਮੈਂ ਤਾਂ ਨਹੀਂ ਨਾ ਲੈਂਦਾ, ਜਦੋਂ ਆ ਕੇ ਫਿਰ ਮੈਂ ਦੱਸ ਦੂੰ ਵੀ ਆਹ ਸੀ, ਤੁਹਾਨੂੰ ਵੀ ਪਤਾ ਲੱਗ ਜਾਣਾ। ਪੰਜਾਬੀ ਏਕਤਾ ਪਾਰਟੀ ਜੁਆਇਨ ਕਰਨੀ ਆ ਤੁਸੀਂ, ਕਰੋਗੇ ਨਾ? ਹਾਂ, ਪੰਜਾਬੀ ਏਕਤਾ ਪਾਰਟੀ ਦੇ ਵੇਖੋ ਦੂਸਰੀਆਂ ਪਾਰਟੀਆਂ ਨਾਲੋਂ ਇੱਕ ਵੱਖਰਾ ਜਿਹੜਾ ਕੰਮ ਹੈ ਉਹ ਹੈ ਲੋਕਾਂ ਨੂੰ ਜਵਾਬ ਦੇ ਪਾਰਟੀ। ਜੇ ਲੋਕ ਇੱਥੇ ਚੁਣ ਕੇ ਭੇਜਦੇ ਆ ਤਾਂ ਲੋਕਾਂ ਕੋਲ ਇੱਕ ਅਧਿਕਾਰ ਨਹੀਂ। ਜਿੱਦਾਂ ਹੁਣ ਕੈਪਟਨ ਹੈ, ਕੈਪਟਨ ਨੇ ਮਤਲਬ ਮੱਥੇ 'ਤੇ ਸ਼੍ਰੀ ਗੁਟਕਾ ਸਾਹਿਬ ਲਾ ਕੇ ਕੀਤਾ, ਗੁਟਕਾ ਸਾਹਿਬ ਲਾ ਕੇ ਕੀਤਾ ਵੀ ਮੈਂ ਨਸ਼ੇ ਬੰਦ ਕਰ ਦਿਆਂਗਾ, ਮੈਂ ਘਰ ਘਰ ਨੌਕਰੀ ਵੀ ਦੇ ਦਿਆਂਗਾ। ਕੀਤਾ ਉਹਨੇ? ਨਹੀਂ ਕੀਤਾ, ਕੀਤਾ ਨਹੀਂ ਉਹਨੇ, ਜਵਾਬ ਦੇ ਨਹੀਂ ਨਾ ਉਹ। ਲੋਕ ਲੁੱਟਿਆ ਲੁੱਟਿਆ ਸਮਝਦੇ ਸਾਰੇ ਵੀ ਯਾਰ ਵੀ ਸਾਡੇ ਨਾਲ ਵਾਅਦੇ ਕੀਤੇ ਸੀ ਅਤੇ ਹੁਣ ਕੋਈ ਸਾਡੀ ਗੱਲ ਨਹੀਂ ਸੁਣਦਾ। ਪੰਜ ਸਾਲ ਰਾਜ ਕਰਨ ਦਾ ਜਦੋਂ 3 ਮਹੀਨੇ ਰਹਿ ਗਏ ਨਾ, ਉਦੋਂ ਲੋਕਾਂ ਕੋਲ ਜਾਂਦੇ ਆ ਵੀ ਹੁਣ ਅਸੀਂ ਇਹ ਕਹਿੰਦੇ ਹਾਂ ਵੀ ਜਵਾਬਦੇਹ ਹੋਵਾਂਗੇ ਅਸੀਂ, ਜੇ ਚੋਣ ਮੈਨੀਫੈਸਟੋ ਸਾਡਾ ਬਣੂਗਾ ਇਲੈਕਸ਼ਨ ਲੜਦੇ ਹਾਂ ਉਹ ਜਵਾਬਦੇਹ ਹੋਵਾਂਗੇ ਲੋਕਾਂ ਨੂੰ ਵੀ ਜੇ 2 ਸਾਲਾਂ ਦੇ ਵਿੱਚ 3 ਸਾਲਾਂ 2 ਜਾਂ 3 ਸਾਲਾਂ ਦੇ ਵਿੱਚ ਅਸੀਂ, ਕਿਉਂਕਿ 5 ਸਾਲ ਦਾ ਸਮਾਂ ਹੁੰਦਾ, 2.5 ਜਾਂ 3 ਸਾਲਾਂ ਦੇ ਵਿੱਚ ਅਸੀਂ ਜਿਹੜੇ ਆ ਉਹ ਮੈਨੀਫੈਸਟੋ ਦੇ ਵਿੱਚ ਜਿਹੜੇ ਵਾਅਦੇ ਕਰਾਂਗੇ ਉਹ ਪੂਰੇ ਕਰਦੇ ਹਾਂ। ਜੇ ਅਸੀਂ ਮੰਨ ਲਓ ਵੀ ਨਹੀਂ ਕਰਦੇ ਤਾਂ ਲੋਕਾਂ ਕੋਲ ਅਧਿਕਾਰ ਹੈ, ਉਹ ਜਾ ਕੇ ਰਾਸ਼ਟਰਪਤੀ ਨੂੰ ਅਤੇ ਚੋਣ ਕਮਿਸ਼ਨ ਨੂੰ ਲਿਖ ਕੇ ਦੇ ਸਕਦੇ ਆ ਵੀ ਸਾਡੇ ਨਾਲ ਵਾਅਦਾ ਕਰਕੇ ਆਇਆ। ਅਸੀਂ ਸੰਵਿਧਾਨਕ ਤੌਰ 'ਤੇ ਵਾਅਦਾ ਕਰਨਾ ਉਹਨਾਂ ਨਾਲ ਵੀ ਅਸੀਂ ਜੇ ਵਾਅਦਾ ਨਾ ਕੀਤਾ ਸਾਨੂੰ ਵਾਪਸ ਲੈ ਲਓ, ਕੋਈ ਇਹੋ ਜਿਹੀ ਗੱਲ ਹੀ ਨਹੀਂ। ਉਹ ਤਾਂ ਪਾਰਟੀ ਦੀ ਮਾਨਤਾ ਰੱਦ ਕਰਨ ਦੀ ਗੱਲ ਹੈ, ਪਰ ਡਿਸਾਈਡ ਕੌਣ ਕਰੇਗਾ ਕਿ ਜਿਹੜੇ ਵਾਅਦੇ ਪੂਰੇ ਕੀਤੇ ਜਾਂ ਨਹੀਂ? ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਉਹ ਕਹਿੰਦੇ ਕਿ ਅਸੀਂ 2 ਸਾਲ ਦੇ ਵਿੱਚ ਸੱਚਮੁੱਚ ਨਸ਼ਿਆਂ ਦਾ ਲੱਕ ਤੋੜਤਾ, ਤੁਸੀਂ ਕਹਿੰਦੇ ਨਹੀਂ ਤੋੜਿਆ, ਫਿਰ ਡਿਸਾਈਡ ਕੌਣ ਕਰੂਗਾ ਕਿ ਵਾਅਦੇ ਪੂਰੇ ਹੋਏ ਜਾਂ ਨਹੀਂ? ਜਿਵੇਂ ਨੌਕਰੀ ਦੀ ਗੱਲ ਕਰਦੇ ਹਾਂ, ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਨੌਕਰੀਆਂ ਦਿੱਤੀਆਂ ਯਾਰ, ਹਜ਼ਾਰਾਂ ਨਹੀਂ ਲੱਖਾਂ ਨੌਕਰੀਆਂ ਹਜੇ ਖਾਲੀ ਪਈਆਂ। ਆ ਕੀ ਕਰਦੇ ਆ ਤੁਸੀਂ, ਬ੍ਰੈਡ ਬਣਾ ਲਓ ਤੁਸੀਂ, ਉੱਥੇ ਲੱਗ ਜਾਓ 5,000 ਅਤੇ 7,000 ਅਤੇ ਇਹ ਨੌਕਰੀਆਂ ਨਹੀਂ, ਸਰਕਾਰੀ ਨੌਕਰੀਆਂ ਪਈਆਂ, ਡਾਕਟਰਾਂ ਦੀ ਖਾਲੀਆਂ ਪਈਆਂ, ਮਾਸਟਰਾਂ ਦੀਆਂ ਖਾਲੀਆਂ ਪਈਆਂ, ਪ੍ਰਿੰਸੀਪਲਾਂ ਦੀਆਂ ਖਾਲੀਆਂ ਪਈਆਂ, ਹੋਸਪਿਟਲਾਂ ਦੇ ਜਿੱਡਾ ਕਿੰਨੇ ਖਾਲੀ ਪਏ ਪੋਸਟਾਂ, ਕੋਈ ਨਹੀਂ ਭਰਦੇ। ਕਿਉਂ? ਹੋ ਸਕਦਾ ਸਾਰਾ ਕੁਛ, ਪਰ ਇਹ ਕਰਨ ਨੂੰ ਤਿਆਰ ਨਹੀਂ। ਲੋਕਾਂ ਨੂੰ 5 ਸਾਲਾਂ ਬਾਅਦ ਬੇਕੂਫ ਬਣਾ ਕੇ ਫਿਰ ਉਹ ਮਤਲਬ ਦੁਬਾਰਾ ਫਿਰ ਲੁੱਟਣ ਜਾਂਦੇ, ਪੈਸੇ ਦੇ, ਕਿਸੇ ਨੂੰ ਪੈਸੇ ਦੇ ਦੇ, ਕਿਸੇ ਨੂੰ ਸ਼ਰਾਬ ਦੇ ਦੇ, ਕਿਸੇ ਨੂੰ ਪੋਸਟ ਗਵਾਤਾ। ਤੁਹਾਡੇ 'ਤੇ ਵਾਪਸ ਆਉਂਦੇ ਹਾਂ, ਤੁਸੀਂ ਕਿਹਾ ਜਾਂਦਾ ਕਿ ਅਸਤੀਫਾ ਇਸ ਲਈ ਦਿੱਤਾ ਕਿ ਜਿਹੜੇ ਪੰਜਾਬੀ ਏਕਤਾ ਪਾਰਟੀ ਨੂੰ ਲੋਕ ਸਭਾ ਇਲੈਕਸ਼ਨ ਲੜਨ ਦਾ ਐਲਾਨ ਕਰ ਦਿੱਤਾ, ਫਰੀਦਕੋਟ ਤੋਂ ਤੁਸੀਂ ਉਮੀਦਵਾਰ ਹੋਵੋਗੇ, ਸਹੀ ਹੈ? ਨਹੀਂ, ਉਹਦੇ ਵਿੱਚ ਦੇਖੋ ਹਜੇ ਪੰਜਾਬੀ ਏਕਤਾ ਪਾਰਟੀ ਜਿਹੜੀ ਬਣੀ ਹੈ 8 ਤਰੀਕ ਨੂੰ ਬਣੀ ਹੈ, ਹਜੇ ਦਿਨ ਹੀ ਥੋੜ੍ਹੇ ਹੋਏ ਆ, ਜ਼ਿਲ੍ਹਾ ਪ੍ਰਧਾਨ ਲਾਇਆ 3-4 ਦਿਨਾਂ ਬਾਅਦ, 28 ਜ਼ਿਲ੍ਹਾ ਪ੍ਰਧਾਨ ਲਾਇਆ, ਉਹਦੇ ਵਿੱਚੋਂ ਸ਼ਹਿਰੀ ਪ੍ਰਧਾਨ ਵੀ ਲਾਇਆ, ਉਹਦੇ ਵਿੱਚ ਅਸੀਂ ਜਿਵੇਂ ਮੈਂ ਹੁਣ ਪਹਿਲਾਂ ਗੱਲ ਕੀਤੀ ਸੀ ਉਹਦੇ ਵਿੱਚ SC ਵੀ ਲਾਇਆ, ਉਹ 'ਚ ਜਿਹੜੇ ਹਿੰਦੂ ਵੀ ਲਾਇਆ, ਉਹ 'ਚ ਮਜ਼ਦੂਰਾਂ ਦੇ ਵੀ ਬੰਦੇ ਲਾਏ, ਉਹਦੇ ਵਿੱਚ ਕਿਸਾਨਾਂ ਦੇ ਵੀ ਲਏ ਸਾਰਿਆਂ ਦੇ, ਠੀਕ ਨੇ? ਉਹ ਸਾਰੇ ਵਰਗਾਂ ਦਾ ਧਿਆਨ ਰੱਖਿਆ ਜਾਣਾ ਉਹਦੇ ਵਿੱਚ, ਜਿਹੜਾ ਇਲੈਕਸ਼ਨ ਲੜਨਾ ਜਾਂ ਨਾ ਲੜਨਾ ਇਹਦੇ ਜਿਹੜੀ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਨਹੀਂ ਹੋਈ ਸਾਡੀ ਅਜੇ ਨਾ, ਹਜੇ ਪੰਜਾਬ ਦੇ ਵਿੱਚੋਂ ਇੱਕ ਅਜੇ ਇਹ ਨਾਲ ਇੱਕ ਹੋਰ ਧਿਆਨ 'ਚ ਤੁਹਾਡੇ ਰਹੀ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ, ਅੜਹੌਕ ਆ ਸਾਰੇ, ਜਿਹੜਾ ਖਹਿਰਾ ਸਾਹਿਬ ਵੀ ਹੈ ਉਹ ਵੀ ਅੜਹੌਕ ਹੈ, ਕੱਚੇ ਤੌਰ 'ਤੇ ਹਜੇ ਜ਼ਿਲ੍ਹਾ ਪ੍ਰਧਾਨ ਵੀ ਕੱਚੇ ਤੌਰ 'ਤੇ ਹੈ, ਜਿਹੜਾ ਕੰਮ ਵਧੀਆ ਪੰਜਾਬ ਦੇ ਵਿੱਚ ਕਰੂਗਾ ਉਹ ਖੜਾ ਉਹਨੂੰ ਪੱਕੇ ਤੌਰ 'ਤੇ ਬਣ ਜਾਣਾ, ਬਾਕੀ ਸਾਰਿਆਂ ਨੂੰ ਬਦਲੇ ਜਾਣੇ ਉਹ, ਜੇ ਕੰਮ ਕਰਕੇ ਅਸੀਂ ਚੰਗਾ ਕੰਮ ਕਰਕੇ ਲੋਕਾਂ ਨੂੰ ਦਿਖਾਵਾਂਗੇ ਤਾਂ ਲੋਕ ਸਾਡੇ ਨਾਲ ਜੁੜਨਗੇ,
ਬਾਕੀ 2019 ਦੇ ਵਿੱਚ ਇਲੈਕਸ਼ਨ ਲੜਨਾ ਨਾ ਲੜਨਾ ਹਜੇ ਫਾਈਨਲ ਨਹੀਂ। ਉਹ ਤਾਂ ਖੈਰਾ ਸਾਹਿਬ ਐਲਾਨ ਕਰ ਚੁੱਕੇ ਨਾ ਕਿ ਅਸੀਂ ਮਹਾਗਠਜੋੜ ਬਣਾ ਕੇ ਇਲੈਕਸ਼ਨ ਲੜਾਂਗੇ, ਤੁਹਾਡੇ ਕੋਲ ਪੁੱਛ ਰਿਹਾ ਕਿ ਫਰੀਦਕੋਟ ਤੋਂ ਲੜੋਗੇ? ਮੈਂ ਹਜੇ ਕੋਈ ਇਹਦੇ ਬਾਰੇ ਨਹੀਂ ਕੁਛ। ਮੇਰੇ ਬਲਦੇਵ ਸਿੰਘ ਐਮ ਪੀ ਬਲਦੇਵ ਸਿੰਘ ਬਣਗੇ, ਉਹ ਤਾਂ ਲੋਕਾਂ ਨੇ ਬਣਾਉਣਾ, ਲੋਕਾਂ ਨੇ ਕੀ ਕਰਨਾ ਹੈ? ਉਹ ਪਹਿਲਾਂ ਪਾਰਟੀ ਦੇ ਵਿੱਚ ਰਹਿ ਕੇ ਗਲਤੀਆਂ ਜਦੋਂ ਮਤਲਬ ਕਰਦੇ ਕਰਦੇ ਦੱਸਦੇ ਨਹੀਂ ਸਾਡੀ ਗੱਲ ਸੁਣਨ ਜਾ ਰਹੇ ਸੀ। ਹੁਣ ਮੈਂ ਆਪਦੇ ਹਲਕੇ ਦੇ ਵਿੱਚ ਤੁਹਾਨੂੰ ਦੱਸਾਂ ਸੀ, ਪਿਛਲੇ ਵਿਸਾਖੀ ਤੋਂ 4 ਦਿਨ ਪਹਿਲਾਂ ਕਿ 5 ਦਿਨ ਪਹਿਲਾਂ ਸਾਨੂੰ ਕਿਹਾ ਵੀ ਤੁਸੀਂ ਮਤਲਬ 500-700 ਬੰਦੇ ਸਾਰੇ ਐਮ ਐਲ ਏ ਲੈ ਕੇ ਆਇਓ। ਸਾਡਾ ਢਾਂਚਾ ਤਾਂ ਬਣੇ 500 ਕਿਵੇਂ ਬੰਦਾ ਜਾਵੜੂ ਜੇ ਢਾਂਚਾ ਬਣੂ ਤਾਂ ਫਿਰ ਜਾ ਲੈ ਕੇ ਜਾਵਾਂ ਨਾ। ਮੈਂ ਕਿਹਾ ਜੀ ਮੇਰਾ ਢਾਂਚਾ ਐਲਾਨ ਕਰ ਲੈਣ ਦਿਓ, ਢਾਂਚਾ ਮੇਰਾ ਐਲਾਨ ਹੋ ਜਾਣ ਦਿਓ ਅਤੇ ਮੈਂ ਕੱਲ੍ਹ ਨੂੰ ਢਾਂਚਾ ਐਲਾਨ ਕਰਨਾ। ਡਾਕਟਰ ਬਲਵੀਰ ਨੂੰ ਕਹਿਤਾ ਅਤੇ ਡਾਕਟਰ ਬਲਵੀਰ ਕਹਿੰਦੇ ਵਿੱਚ ਤੁਹਾਨੂੰ ਮਤਲਬ ਘੰਟੇ ਅੱਧੇ ਘੰਟੇ ਤੱਕ ਤੁਹਾਨੂੰ ਮੈਂ ਫੋਨ ਕਰਦਾ। ਜਦੋਂ ਉਹਨਾਂ ਨੇ ਫੋਨ ਕੀਤਾ ਤਾਂ ਮੈਂ ਢਾਂਚਾ ਸਾਰਾ ਜਿਹੜਾ ਤਿਆਰ ਕੀਤਾ ਸੀ ਉਹ ਕਹਿੰਦਾ ਜੀ ਕੱਲ੍ਹ ਨੂੰ ਕਰੋ ਪਰਸੋਂ ਕਰ ਦਾਂਗੇ, ਠੀਕ ਨਹੀਂ? ਅੱਛਾ ਉਹਨੇ ਮੈਨੂੰ ਕਹਿੰਦਾ ਵੀ ਆਪਾਂ ਪਰਸੋਂ ਦੋਨੇ ਕਰਾਂਗੇ, ਮੈਂ ਆਊਂਗਾ ਨਾਲ। ਮੈਂ ਕਿਹਾ ਬਹੁਤ ਖੁਸ਼ੀ ਦੀ ਗੱਲ ਹੈ। ਅਤੇ ਘੰਟੇ ਕੁ ਬਾਅਦ ਉਹ ਗੈਰੀ ਬਣਿਆ ਜਿਹੜਾ ਸੂਬੇਦਾਰ ਤੁਹਾਨੂੰ ਦੱਸਿਆ 2 ਨੰਬਰ ਦਾ ਇੱਥੇ ਪੰਜਾਬ ਦੇ ਵਿੱਚ, ਉਹਦਾ ਫੋਨ ਆ ਗਿਆ, ਮਾਸਟਰ ਜੀ ਤੁਸੀਂ ਢਾਂਚਾ ਅਨਾਊਂਸ ਨਹੀਂ ਕਰ ਸਕਦੇ, ਨਾ ਤੁਸੀਂ ਕਰਨਾ ਹੈ। ਫਿਰ ਤੁਸੀਂ ਸੋਚ ਕੇ ਦੇਖੋ ਵੀ ਕਿੱਧਰ ਤੋਂ ਜਾਂਦੀ ਖੁਦ ਮੁਖਤਿਆਰੀ ਹੈ ਕਿ ਕੀ ਹੈ ਕਿ ਇੱਕ ਐਮ ਐਲ ਏ ਆਪਦੇ ਹਲਕੇ ਦੇ ਜਿਨ੍ਹਾਂ ਨੇ ਦਿਨ ਭਰ ਰਾਤ ਮੇਰੇ ਨਾਲ ਕੰਮ ਕੀਤਾ ਉਹਨਾਂ ਉਹ ਲੋਕਾਂ ਨੂੰ ਅਸੀਂ ਮਤਲਬ ਕਿਤੇ ਬੂਥ ਦੇ ਇੰਚਾਰਜ ਨਹੀਂ ਲਾ ਸਕਦੇ, ਸਰਕਲ ਦਾ ਪ੍ਰਧਾਨ ਨਹੀਂ ਲਾ ਸਕਦੇ, ਬਲਾਕ ਦਾ ਪ੍ਰਧਾਨ ਨਹੀਂ ਲਾ ਸਕਦੇ, ਤਾਂ ਸਾਨੂੰ ਕਿਵੇਂ ਕੰਮ ਕਿਵੇਂ ਹੋਊਗਾ? ਦੂਸਰੇ ਜਿੱਥੇ ਸਾਡੇ ਐਮ ਐਲ ਏ ਨੇ ਉਹ ਉੱਥੇ ਸਾਡਾ ਕੀ ਢਾਂਚੇ ਦਾ ਹਾਲ ਹੋਊਗਾ? ਇਹ ਹਿਸਾਬ ਲਾਓ ਤੁਸੀਂ। ਇੱਕ ਗੱਲ ਹੋਰ ਕਹੀ ਜਾ ਰਹੀ ਹੈ ਕਿ 20 ਤਰੀਕ ਨੂੰ ਅਰਵਿੰਦ ਕੇਜਰੀਵਾਲ ਦੀ ਬਰਨਾਲੇ ਰੈਲੀ ਹੈ, ਕਿਹਾ ਜਾ ਰਿਹਾ ਕਿ ਮਜੀਠੇ ਦੇ ਖਿਲਾਫ ਇੱਕ ਵਾਰ ਫਿਰ ਤੋਂ ਮੁਹਿੰਮ ਛੇੜਨਗੇ ਅਰਵਿੰਦ ਕੇਜਰੀਵਾਲ? ਪਹਿਲਾਂ ਉਹਨਾਂ ਨੂੰ ਮਾਫ਼ੀ ਮੰਗ ਲਈ ਸੀ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਕਿ ਕੀ ਜਾਇਜ਼ ਹੋਏਗਾ ਕਿ ਦੁਬਾਰਾ ਡਰੱਗ ਸਮਗਲਰ ਕਹਿਣਾ? ਕਿਹਾ ਜਾ ਰਿਹਾ ਕਿ ਕਹਿਣਗੇ ਨਹੀਂ, ਉਹ ਇਹ ਗੱਲ ਕਹਿਣ ਲੋਕਾਂ ਦੇ ਵਿੱਚ ਵੀ ਇਹ ਚੱਲ ਰਿਹਾ ਨਾ ਵੀ ਤੁਸੀਂ ਪਹਿਲਾਂ ਸੋਚਦੇ ਨਹੀਂ, ਸਾਡਾ ਤਾਂ ਉਦੋਂ ਤੋਂ ਇਹ ਨਹੀਂ, ਐਂ ਥੋੜ੍ਹੇ ਵੀ ਐਲ ਓ ਪੀ ਦੇ ਮੌਕੇ ਅਸੀਂ ਮਤਲਬ ਵਿਰੋਧ ਕੀਤਾ। ਤੁਹਾਨੂੰ ਯਾਦ ਕਰਾਵਾਂ ਉਦੋਂ ਪਹਿਲਾਂ ਜਦੋਂ ਉਹਨੇ ਮਜੀਠੀਏ ਤੋਂ ਮਾਫ਼ੀ ਮੰਗੀ ਹੈ ਉਦੋਂ ਵਿਰੋਧ ਕੀਤਾ ਸੀ, 10 ਬੰਦੇ ਬੈਠੇ ਸੀ ਅਸੀਂ ਬੈਠੇ ਸੀ ਨਾ, ਕੀ ਅਸੀਂ ਐਲ ਓ ਪੀ ਦਾ ਕਰਕੇ ਨਾਲ ਖੜੇ ਖੜੇ ਦੇ? ਉਦੋਂ ਜਿਹੜਾ ਗਲਤ ਉੱਥੇ ਉਦੋਂ ਵੀ ਅਸੀਂ ਤਾਂ ਵਿਰੋਧ ਕੀਤਾ, ਭਗਵੰਤ ਮਾਨ ਨੇ ਉਹਦਾ ਵਿਰੋਧ ਕਰਕੇ ਅਸਤੀਫਾ ਦਿੱਤਾ। ਜਾਂ ਤਾਂ ਹਜੇ ਤੱਕ ਕਹਿੰਦੇ ਮੇਰੀ ਗੱਲ ਹੀ ਨਹੀਂ ਹੋਈ, ਅਤੇ ਉਹ ਕੇਜਰੀਵਾਲ ਸਾਹਿਬ ਕਹਿੰਦੇ ਆ ਕਹਿੰਦੇ ਵੀ ਉਹ 4-4 ਵਾਰੀ ਵੀ 10-10 ਵਾਰੀ ਮੇਰੀ ਦਿਹਾੜੀ 'ਚ ਗੱਲ ਹੁੰਦੀ ਹੈ, ਕਦੋਂ ਫੈਸਲਾ ਕਰਨਗੇ ਉਹ? ਤਾਂ ਲੋਕਾਂ ਨੂੰ ਦੱਸਣਾ ਬਣਦਾ ਵੀ ਕੌਣ ਹੈ ਪੰਜਾਬ ਦਾ ਪ੍ਰਧਾਨ? ਨਹੀਂ, ਪੰਜਾਬ ਵਿੱਚ ਤੁਸੀਂ ਕਹਿ ਆਮ ਆਦਮੀ ਪਾਰਟੀ ਦੇ ਜੋ ਇਸ ਵੇਲੇ ਸਥਿਤੀ ਹੈ ਬਹੁਤ ਮਾੜੀ ਹੋ ਚੁੱਕੀ, ਤੁਸੀਂ ਆਪ ਹੀ ਕਹਿ ਰਹੇ ਹੋ, ਪੰਜਾਬ 'ਚ ਕਿਸ ਲੀਡਰ ਨੂੰ ਜ਼ਿੰਮੇਵਾਰ ਮੰਨਦੇ ਹੋ? ਪੰਜਾਬ ਦੇ ਕਿਹੜੇ ਲੀਡਰ ਨੂੰ ਜ਼ਿੰਮੇਵਾਰ ਮੰਨਦੇ ਹੋ? ਇੱਥੇ ਪੰਜਾਬ ਦੇ ਵਿੱਚ ਮਾੜੀ ਹੋਣ ਦੇ ਇਹ ਹੁਣ ਜਿਹੜੇ ਮੂਹਰੇ ਲੱਗੇ ਉਹੀ ਆ ਚਮਚਗਰੀ ਵਾਲੇ, ਕਿਹੜੇ ਜੀ? ਭਗਵੰਤ ਮਾਨ ਜੀ ਹੋ ਗਿਆ, ਉਹਨਾਂ ਨੇ ਹਜੇ ਤੱਕ ਢਾਂਚਾ ਬਣਾਇਆ, ਉਹਦਾ ਫਰਜ਼ ਬਣਦਾ ਸੀ, ਪੰਜਾਬ ਦਾ ਪ੍ਰਧਾਨ ਸੀ, ਉਹਨਾਂ ਨੇ ਜ਼ਿਲ੍ਹਾ ਪ੍ਰਧਾਨ ਜਦੋਂ ਲਾਇਆ ਉਹਨਾਂ ਨੂੰ ਅਧਿਕਾਰ ਦੇ ਦਿੰਦੇ ਵੀ ਤੁਸੀਂ ਜਾ ਕੇ ਢਾਂਚਾ ਬਣਾ ਦਿਓ, ਪਰ ਉਹ ਕਰ ਨਹੀਂ ਨਾ ਸਕਦੇ ਰੌਲਾ ਤਾਂ। ਮਗਰ ਤਾਂ ਦਰਗੇਸ਼ ਬੈਠਾ, ਉਹ ਪੁੱਛਦਾ ਵੀ ਕਿਹਨੂੰ ਲਾਉਣਾ, ਇਹ ਮਾਸਟਰ ਬਲਦੇਵ ਸਿੰਘ ਇਹਨੂੰ ਨਹੀਂ ਲਾਉਣਾ। ਹੁਣ ਮਾਸਟਰ ਬਲਦੇਵ ਸਿੰਘ ਦਾ ਇੱਕ ਵੀ ਬੰਦਾ ਮੈਂ ਆਪਦਾ ਹਲਕੇ ਦੇ ਵਿੱਚ ਨਹੀਂ ਬੰਦਾ ਲਾ ਸਕਦਾ, ਅਤੇ ਉਹ ਕਿਵੇਂ ਮੇਰਾ ਹਲਕਾ ਕਿਵੇਂ ਗਾਂਹ ਚੱਲੂਗਾ? ਦੁੱਖ ਤਕਲੀਫਾਂ ਜਿਹੜੀਆਂ ਜਦੋਂ ਆਪਣਾ ਸਰਕਲ ਪ੍ਰਧਾਨ ਜਾਂ ਬਲਾਕ ਪ੍ਰਧਾਨ ਜਾਂ ਕੋਈ ਗੱਲਬਾਤ ਕਰਨੀ ਜਾਂ ਕੋਈ ਸੁਨੇਹਾ ਲਾਉਣਾ ਪਾਰਟੀ ਦਾ ਜਾਂ ਕੋਈ ਧਰਨਾ ਲਾਉਣਾ ਜਾਂ ਮੁਜ਼ਾਹਰਾ ਕਰਨਾ, ਉਹਨਾਂ ਰਾਹੀਂ ਜਾਣਾ, ਮੈਸੇਜ ਉਹਨਾਂ ਨੂੰ ਦੇਣਾ ਹੁੰਦਾ। ਇਕੱਲੇ ਇਕੱਲੇ ਕੋਲ ਤਾਂ ਮਤਲਬ ਮਾਸਟਰ ਬਲਦੇਵ ਸਿੰਘ ਇਕੱਲਾ ਵੀ ਨਹੀਂ ਨਾ ਜਾ ਸਕਦਾ, ਮੈਂ 100-50 ਬੰਦੇ ਨੂੰ ਫੋਨ ਲਾ ਸਕਦਾ। ਆਹੀ ਤਾਂ ਲੜਾਈ ਹੈ ਵੀ ਸਾਡਾ ਢਾਂਚਾ ਕਿਉਂ ਨਹੀਂ ਬਣਦਾ। ਢਾਂਚਾ ਬਣਾਉਣ ਵਾਸਤੇ ਦਰਗੇਸ਼ ਹੋਣੀ ਮਗਰ ਬੈਠੇ ਆ, ਉਹਨਾਂ ਨੇ ਪਾਰਟੀ ਨੂੰ ਪਹਿਲਾਂ ਡੋਬਿਆ, ਹੁਣ ਉਹਨਾਂ ਨੇ ਡੋਬ ਦੇਣਾ ਹੋਰ। ਪਾਰਟੀ ਤੋਂ ਅਸਤੀਫਾ ਦੇ ਦਿੱਤਾ ਪਰ ਜੇ ਵਿਧਾਇਕੀ ਤੋਂ ਬਰਖਾਸਤ ਕਰਤਾ ਉਹ ਦੇਵਾਂਗੇ। ਹਜੇ ਲੋਕ ਅਜੇ ਕਹਿੰਦੇ ਵੀ ਤੁਸੀਂ ਅਜੇ ਐਮ ਐਲ ਏ ਸ਼ਿਪ ਤੋਂ ਨਾ ਅਸਤੀਫਾ ਦਿਓ। ਚਰਚਾ ਚੱਲ ਰਹੀ ਹੈ ਨਾ ਕਿ ਅੱਜ ਕੋਰ ਕਮੇਟੀ ਦੀ ਮੀਟਿੰਗ ਹੈ, ਤੁਹਾਡੇ 'ਤੇ ਕੋਈ ਨਾ ਕੋਈ ਫੈਸਲਾ ਹੋ ਸਕਦਾ ਵਿਧਾਇਕੀ ਤੁਹਾਡੀ ਕਰ ਲੈਣ ਉਹ 'ਚ ਉਹ ਤਾਂ ਕਿਵੇਂ ਅੱਜ ਕੋਰ ਕਮੇਟੀ ਦੀ ਕਹਿ ਰਹੇ ਕਿ ਮੀਟਿੰਗ ਹੋਣ ਵਾਲੀ ਆਮ ਆਦਮੀ ਪਾਰਟੀ ਦੀ, ਤੇ ਕੋਈ ਨਾ ਕੋਈ ਫੈਸਲਾ ਲਿਆ ਜਾ ਸਕਦਾ ਤੁਹਾਨੂੰ ਵਿਧਾਇਕੀ ਤੋਂ ਜਿਨ੍ਹਾਂ ਨੇ ਅਸਤੀਫਾ ਦਿੱਤਾ ਪਾਰਟੀ ਤੋਂ? ਜਿਹੜਾ ਫੈਸਲਾ ਲੈਣਾ ਹੁਣ ਉਹ ਉਹਨਾਂ ਨੇ ਲੈਣਾ ਨਾ, ਉਹ ਚੰਗਾ ਲੈਂਦੇ ਮਾੜਾ ਲੈਂਦੇ ਉਹਨਾਂ ਦੇ ਮਾਸਟਰ ਬਲਦੇਵ ਸਿੰਘ ਕੋਈ ਫਰਕ ਨਹੀਂ। ਇੱਥੋਂ ਫੈਸਲਾ ਹੋਏਗਾ ਕਿ ਉਹ ਵੀ ਦਿੱਲੀ ਹੋਏਗਾ? ਉਹ ਪੁੱਛਣਗੇ ਪਹਿਲਾਂ ਦਿੱਲੀ ਤੋਂ, ਅਮਰੀਸ਼ ਨੂੰ ਪੁੱਛਣਗੇ ਵੀ ਕਰ ਲਈਏ ਕਿ ਨਾ ਕਰ ਲਈਏ, ਆਹ ਫਿਰ ਸੋਚਦੇ ਨਾ 100 ਵਾਰੀ ਪਹਿਲਾਂ ਦਰਗੇਸ਼ ਨੂੰ ਪਹਿਲਾਂ ਪੁੱਛਣਗੇ, ਦਰਗੇਸ਼ ਤੋਂ ਫਿਰ ਅਗਾਂਹ ਫਿਰ ਨਿਸ਼ੀ ਜੋਧ ਦੀ ਪੁੱਛ ਲੈਣਗੇ,
ਉਹ ਸਾਰਾ ਉੱਥੇ ਉੱਥੇ ਪੁੱਛਣਾ, ਉਹ ਬੱਸ ਵਾਲੀ ਗੱਲ ਕੋਈ ਨਹੀਂ, ਉਹ ਤਾਂ ਕਹਿਣ ਦੀਆਂ ਗੱਲਾਂ ਹੈ ਵੀ ਖੁਦ ਮੁਖਤਿਆਰ ਹੈ। ਸੁਖਪਾਲ ਸਿੰਘ ਖਹਿਰਾ ਦੇ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੇ LOP ਦੇ ਹਟਾਉਣ ਤੋਂ ਨਹੀਂ, ਉਸ ਤੋਂ ਵੀ ਪਹਿਲਾਂ ਦੇ ਆਮ ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਦੇ ਖਿਲਾਫ ਆਵਾਜ਼ ਚੁੱਕ ਰਹੇ ਹਾਂ। ਫਰਕ ਸਿਰਫ ਇੰਨਾ ਹੈ ਕਿ ਪਹਿਲਾਂ ਪਾਰਟੀ ਦੇ ਵਿੱਚ ਰਹਿ ਕੇ ਆਵਾਜ਼ ਚੁੱਕ ਰਹੇ ਸੀ ਅਤੇ ਹੁਣ ਬਾਹਰ ਆ ਕੇ ਆਵਾਜ਼ ਚੁੱਕੀ ਹੈ, ਮੀਡੀਆ ਦੇ ਸਾਹਮਣੇ ਆ ਕੇ ਆਵਾਜ਼ ਚੁੱਕੀ ਹੈ, ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਵਿਧਾਇਕੀ 'ਤੇ ਵੀ ਜਲਦ ਕੋਈ ਨਾ ਕੋਈ ਫੈਸਲਾ ਉਹਨਾਂ ਨੇ ਕਿਹਾ ਕਿ ਲੈ ਸਕਦੇ ਨੇ। MP ਇਲੈਕਸ਼ਨ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਕਹੇਗੀ ਤਾਂ ਉਹ ਇਲੈਕਸ਼ਨ ਜ਼ਰੂਰ ਲੜਨਗੇ। ਫਰੀਦਕੋਟ ਤੋਂ ਉਹਨਾਂ ਨੂੰ ਮੰਨਿਆ ਜਾ ਰਿਹਾ ਕਿ ਪੰਜਾਬੀ ਏਕਤਾ ਪਾਰਟੀ ਦੇ ਵੱਲੋਂ ਉਹ MP ਦੇ ਉਮੀਦਵਾਰ ਹੋ ਸਕਦੇ ਨੇ। ਜੋ ਵੀ ਭਵਿੱਖ ਦੇ ਵਿੱਚ ਇਹਨਾਂ ਦੀ ਰਣਨੀਤੀ ਹੋਏਗੀ ਦਾ ਪੰਜਾਬ TV ਤੁਹਾਨੂੰ ਉਸ ਤੋਂ ਜਾਣੂ ਕਰਵਾਉਂਦਾ ਰਹੇਗਾ। ਤੁਸੀਂ ਬਣੇ ਰਹੋ ਦਾ ਪੰਜਾਬ TV ਦੇ ਨਾਲ।